ਹਾਂਜੀ ਦੋਸਤੋ, ਵਿਸ਼ਕਰਮਾ ਦਲੱਬਾ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ। ਦੋਸਤੋ, ਅੱਜ ਅਸੀਂ ਪਹੁੰਚੇ ਹੋਏ ਹਾਂ ਜਗਜੀਤ ਐਗਰੋਟੈਕ ਬਰਨਾਲਾ ਜੀ। ਅਤੇ ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਬਰਨਾਲੇ ਵਿੱਚ ਸਭ ਤੋਂ ਵੱਧ ਜਗਜੀਤ ਦਾ ਸੁਪਰਸਿੱਧ ਸੇਲ ਕਰਨ ਵਾਲੇ ਜਿਹੜੇ ਡੀਲਰ ਜੀ ਨੇ ਕੁਲਵਿੰਦਰ ਸਿੰਘ ਬਾਠ ਜੀ ਨੇ, ਅਤੇ ਅੱਜ ਆਪਾਂ ਉਹਨਾਂ ਕੋਲ ਪਹੁੰਚੇ ਹੋਏ ਹਾਂ ਅਤੇ ਅੱਜ ਆਪਾਂ ਉਹਨਾਂ ਨੂੰ ਲਵਾਂਗੇ ਜਾਣਕਾਰੀ ਜੀ ਸੁਪਰਸਿੱਧ ਬਾਰੇ। ਅਤੇ ਜਿਹੜੇ ਮੇਰੇ ਵੀਰ ਚੈਨਲ 'ਤੇ ਨਵੇਂ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਕਿਉਂਕਿ ਦੋਸਤੋ ਨਵੀਂ ਆ ਰਹੀ ਵਿਸ਼ੇ ਜਾਣਕਾਰੀ ਸਭ ਤੋਂ ਪਹਿਲਾਂ ਵਿਸ਼ਕਰਮਾ ਦਲੱਬਾ ਯੂਟਿਊਬ ਚੈਨਲ 'ਤੇ ਮਿਲਦੀ ਆ। ਅਤੇ ਲਓ ਜੀ ਦੋਸਤੋ, ਆਪਾਂ ਗੱਲ ਕਰਾਉਂਦੇ ਹਾਂ ਕੁਲਵਿੰਦਰ ਸਿੰਘ ਬਾਠ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਦਿਓਗੇ ਸੁਪਰਸਿੱਧ ਬਾਰੇ ਜਾਣਕਾਰੀ? ਪਹਿਲਾਂ ਤਾਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ, ਠੀਕ ਹੈ ਜੀ, ਆਪਣੇ ਚੈਨਲ ਯੂਟਿਊਬ ਵਿਸ਼ਕਰਮਾ ਦਲੱਬਾ, ਠੀਕ ਹੈ ਜੀ, ਇਹਨਾਂ ਦੀ ਟੀਮ ਦਾ ਆਉਣ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿਹੜੀ ਗੱਲ ਜਗਜੀਤ ਕੰਪਨੀ ਨੇ ਇਸ ਵਾਰ ਸਾਈਡ 'ਤੇ ਗੇਅਰ ਲਾਇਆ ਜੀ। ਅੱਛਾ ਜੀ, ਹਾਂ, ਇੱਕ ਸਾਈਡ 'ਤੇ ਲਾਤਾ ਹੈ ਨਾ ਜੀ? ਪਹਿਲਾਂ ਦੋ ਇੱਕ ਮਤਲਬ ਆਡ ਹੁੰਦੇ ਸੀ ਲੱਗੇ, ਅਲੱਗ ਚੈਨ ਸਿਸਟਮ ਜੀ, ਉਹ ਚੈਨ ਥੋੜ੍ਹੀ ਪ੍ਰੋਬਲਮ ਆਉਂਦੀ ਸੀਗੀ, ਤਾਂ ਕਰਕੇ ਸਾਈਡ ਕਰਾਰੀ ਸਾਰਾ ਗੇਅਰ ਬਕਸੀ ਵਿੱਚ ਉਹ ਕਰਤਾ ਜੀ। ਅਤੇ ਸਰ, ਇਹਦਾ ਫਾਇਦਾ ਕੀ ਹੈ ਜੀ ਵੈਸੇ ਇੱਕ ਸਾਈਡ 'ਤੇ ਲਾਉਣ ਦਾ? ਇਹਦੇ ਫਾਇਦੇ ਇਹ ਨੇ ਜੀ ਵੀ ਪਹਿਲਾਂ ਚੈਨ ਦੀ ਥੋੜ੍ਹੀ ਜਿਹੀ ਰੇਤਾ ਵਿੱਚ ਪੈਣ ਕਰਕੇ ਦਿੱਕਤ ਆਉਂਦੀ ਸੀ, ਠੀਕ ਹੈ ਜੀ, ਤਾਂ ਕਰਕੇ ਵਿੱਚ ਦਿੱਕਤ ਆ ਜਾਂਦੀ ਸੀ, ਉਹ ਖਤਮ, ਤਾਂ ਕਰਕੇ ਉਹ ਖਤਮ ਕਰਤੀ ਜੀ। ਲਓ ਜੀ ਦੋਸਤੋ, ਇਹ ਸਨ ਕੁਲਵਿੰਦਰ ਸਿੰਘ ਬਾਠ ਜੀ, ਜਿਨ੍ਹਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਸੀ। ਅਤੇ ਦੋਸਤੋ, ਹੁਣ ਆਪਾਂ ਕਰਾਂਗੇ ਦਾ ਰਿਵਿਊ। ਅਤੇ ਦੋਸਤੋ, ਸਟਾਰਟਿੰਗ ਗੱਲ ਕਹਿਣਾ ਚਾਹੁੰਦਾ, ਜਿਹੜਾ ਤੁਸੀਂ ਜਗਜੀਤ ਦਾ ਸੁਪਰਸੀਡਰ ਦੇਖ ਰਹੇ ਹੋ, ਪਹਿਲੀ ਗੱਲ ਤਾਂ ਜਿਹੜਾ ਸੁਪਰਸੀਡਰ ਤਿਆਰ ਕੀਤਾ ਹੋਇਆ ਹੈ, ਇਸ ਵਿੱਚ ਪਾਊਡਰ ਕੋਟਡ ਪੇਂਟ ਹੈ ਜੀ ਦੋਸਤੋ, ਜੋ ਕੰਪਨੀ ਵੱਲੋਂ ਕੀਤਾ ਜਾਂਦਾ ਹੈ। ਅਤੇ ਆਫਟਰ ਪੇਂਟ ਤੋਂ ਬਾਅਦ ਇਹ ਸਾਰੀ ਅਸੈਂਬਲੀ ਨੂੰ ਫਿੱਟ ਕੀਤਾ ਜਾਂਦਾ ਹੈ। ਅਤੇ ਦੋਸਤੋ, ਇਸ ਸੁਪਰਸੀਡਰ ਵਿੱਚ ਇੰਨੇ ਖਾਸਤਾ ਨੇ ਕਿ ਇਸ ਵਿੱਚ ਇੱਕ ਪਹਿਲਾਂ ਕੀ ਹੁੰਦਾ ਸੀ, ਆਪਾਂ ਹੋਰ ਸੁਪਰਸੀਡਰ 'ਚ ਕੀ ਦੇਖਦੇ ਸੀ, ਆਪਾਂ ਨੂੰ ਗੇਅਰ ਡਰਾਈਵ ਹੁੰਦੀ ਸੀ, ਉਹ ਆਪਾਂ ਨੂੰ ਅਲੱਗ ਅਲੱਗ ਮਿਲਦੀ ਸੀ। ਪਰ ਜਗਜੀਤ ਵੱਲੋਂ ਜਿਹੜਾ ਸੁਪਰਸੀਡ ਤਿਆਰ ਕੀਤਾ ਗਿਆ, ਇਸ ਵਿੱਚ ਗੇਅਰ ਡਰਾਈਵ ਇੱਕ ਸਾਈਡ 'ਤੇ ਹੀ ਕਰ ਦਿੱਤੀ ਗਈ ਹੈ ਜੀ ਸਿੰਗਲ। ਇਹਦੇ ਵਿੱਚ ਪਹਿਲਾਂ ਕਿ ਆਪਾਂ ਹੋਰ ਸੁਪਰਸੀਡ 'ਚ ਕੀ ਦੇਖਦੇ, ਚੈਨ ਲੱਗੀ ਹੁੰਦੀ ਜੀ, ਚੈਨ ਸੈੱਟ ਲੱਗੀ ਹੁੰਦੀ ਸੀ, ਜਿਹੜੀ ਚੈਨ ਕਈ ਵਾਰ ਰੇਤਾ ਰੁਤਾ ਪੈ ਕੇ ਟੁੱਟਣ ਦੀ ਦਿੱਕਤ ਜਾਂ ਕਾਫੀ ਰਹਿੰਦੀ ਸੀ, ਕਈ ਵਾਰ ਚੈਨ ਢਿੱਲੀ ਹੋ ਜਾਂਦੀ ਸੀ, ਜਿਹਦੇ ਕਰਕੇ ਜਿਹੜਾ ਸੁਪਰਸੀਡ ਹੈ ਕਈ ਵਾਰ ਆਵਾਜ਼ ਵੀ ਕਰਦਾ ਸੀ। ਪਰ ਉਹ ਜਿਹੜਾ ਸਿਸਟਮ ਸੀ, ਉਹ ਦਿੱਕਤ ਸੀ, ਉਹ ਜਗਜੀਤ ਵੱਲੋਂ ਖਤਮ ਕਰ ਦਿੱਤੀ ਗਈ ਹੈ। ਅਤੇ ਦੋਸਤੋ, ਜਿਹੜਾ ਸੁਪਰਸੀਡਰ ਹੈ, ਇਹ 7 ਫੁੱਟ ਸੁਪਰਸੀਡਰ ਹੈ, ਅਤੇ ਇਹਦੇ ਵਿੱਚ ਕੰਪਨੀ ਵੱਲੋਂ 12 ਪੋਰ ਨੇ ਜੋ ਆਪਾਂ ਨੂੰ ਮਿਲਣਗੇ ਜੀ। ਅਤੇ ਇੱਕ ਜਿਹੜਾ ਪੋਰ ਹੈ, ਐਕਸਟਰਾ ਪੋਰ ਹੈ, ਉਹ ਆਪਾਂ ਨੂੰ ਸਾਈਡ 'ਤੇ ਮਿਲਦਾ ਹੈ। ਜੇ ਇਹ ਜਿਹੜਾ ਪੋਰ ਲਾਇਆ ਗਿਆ ਦੋਸਤੋ, ਮੈਂ ਦਿਖਾਉਣਾ ਚਾਹੁੰਦਾ ਹੈਗਾ, ਜਿਹਦੀ ਸਾਈਡ 'ਤੇ ਹੀ ਬਿਜਾਈ ਵੱਟ ਦੇ ਨਾਲ ਹੁੰਦੀ ਰਹੂਗੀ ਜੀ। ਅਤੇ ਦੋਸਤੋ, ਗੱਲ ਕਰਦੇ ਹਾਂ ਗੇਅਰ ਸਿਸਟਮ ਦੀ। ਗੇਅਰ ਸਿਸਟਮ ਲੱਗਿਆ ਹੋਇਆ ਇਹਦੇ ਵਿੱਚ ਜੀ, ਵੀ ਬੀ ਹੈ ਜਿਹੜਾ ਕਿਸਾਨ ਵੀਰ ਆਪਣੇ ਹਿਸਾਬ ਨਾਲ ਕਿੰਨਾ ਮਰਜ਼ੀ ਉਹਨੂੰ ਖੋਲ੍ਹ ਕੇ ਉਹ ਕਿੰਨਾ ਮਰਜ਼ੀ ਘੱਟ ਵੱਧ ਕਰ ਸਕਦਾ ਜੀ, ਘੁਮਾ ਕੇ ਗੇਅਰ ਰੋਲ ਨੂੰ ਘੁਮਾ ਕੇ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦਾ ਜੀ। ਅਤੇ ਦੋਸਤੋ, ਉਸ ਤੋਂ ਬਾਅਦ ਮੈਂ ਗੱਲ ਕਰਨਾ ਚਾਹੁੰਦਾ ਬੈਕ ਸਾਈਡ ਲੱਗੇ ਟੈਨਾਂ ਦੀਆਂ। ਦੋਸਤੋ, ਜਿਹੜਾ ਤੁਸੀਂ ਸੁਪਰਸੀਡਰ ਦੇਖ ਰਹੇ ਜਗਜੀਤ ਵੱਲੋਂ ਤਿਆਰ ਕੀਤਾ, ਇਹ ਸੁਪਰਸੀਡਰ ਦੋ ਪ੍ਰਕਾਰ ਦਾ, ਦੋ ਮਾਡਲ 'ਚ ਆਉਂਦਾ, ਇੱਕ ਡਿਸਕ ਵਾਲਾ ਅਤੇ ਇੱਕ ਟੈਨ ਵਾਲਾ। ਅਤੇ ਇਹ ਟੈਨ ਵਾਲਾ ਡਿਸਕ ਹੈ ਜੀ, ਟੈਨ ਵਾਲਾ ਸੁਪਰਸੀਡਰ ਹੈ। ਅਤੇ ਇਸ ਟੈਨ ਵਿੱਚ ਇੱਕ ਬੈਨੀਫਿਟ ਹੋਰ ਹੈ, ਜਿਹੜੀ ਡਿਸਕਾਂ ਦੇਖ ਰਹੇ ਹੋ ਇਹ SS ਸਟੀਲ ਦੀਆਂ, ਸਟੇਨਲੈਸ ਸਟੀਲ ਦੀਆਂ ਡਿਸਕਾਂ ਨੇ ਜੀ। ਅਤੇ ਇਹ ਡਿਸਕਾਂ ਜਿਹੜੀਆਂ ਨੇ, ਇਹ ਪਹਿਲਾਂ ਨਾਲੋਂ ਮਤਲਬ ਡੂੰਘਾਈ 'ਚ ਜ਼ਿਆਦਾ ਰਹਿੰਦੀਆਂ ਨੇ ਜੀ। ਵੀ ਪਹਿਲਾਂ ਖੁਸ਼ਕ ਜ਼ਮੀਨ ਦੇ ਹੋਣ ਦੇ ਕਰਕੇ ਜਿਹੜੀ ਵੀ ਹਰਾ ਨਹੀਂ ਹੁੰਦਾ ਸੀ, ਅਤੇ ਹੁਣ ਇਸ ਲਈ ਡਿਸਕਾਂ ਵਿੱਚ ਡੂੰਘਾਈ ਦਿੱਤੀ ਗਈ ਹੈ ਜੀ, ਠੀਕ ਹੈ। ਅਤੇ ਜਿਹੜਾ ਵੀ ਹੈ ਉਹ ਵਧੀਆ ਪੁੰਗਰ ਜਾਂਦਾ ਜੀ, ਠੀਕ ਹੈ। ਅਤੇ ਦੋਸਤੋ, ਉਸ ਤੋਂ ਬਾਅਦ ਬੈਕ ਸਾਈਡ ਕਿਸਾਨ ਮੈਨੂੰ ਬੈੱਡ ਮਿਲ ਜਾਂਦਾ ਜੀ, ਵਧੀਆ ਆਰਾਮ ਨਾਲ ਗਾਣੇ ਵਗੈਰਾ ਉਹ ਪਾ ਸਕਦਾ। ਬਾਕੀ ਦੋਸਤੋ, ਇਸ ਵਿੱਚ ਆਪਾਂ ਨੂੰ ਬੈਕ ਸਾਈਡ ਇੱਕ ਰੋਲਾ ਮਿਲਦਾ, ਜਿਹੜਾ ਦੋਸਤੋ ਜਗਜੀਤ ਵੱਲੋਂ ਸੁਪਰੀਟ ਤਿਆਰ ਕੀਤਾ, ਜਿਹੜਾ ਰੋਲਾ ਲੱਗਿਆ ਹੈ ਉਹ ਐਡਜਸਟੇਬਲ ਹੈ, ਕਿਉਂਕਿ ਜਿਵੇਂ ਕਿ ਜ਼ਮੀਨ ਦੇ ਕਈ ਵਾਰ ਉੱਪਰ ਨੀਚੇ ਜ਼ਮੀਨ ਹੁੰਦੀ ਹੈ, ਉਸ ਹਿਸਾਬ ਨਾਲ ਐਡਜਸਟ ਹੋ ਜਾਂਦਾ। ਸ਼ੌਕਰ ਸਿਸਟਮ ਲਾਇਆ ਗਿਆ ਜੀ ਦੋਵੇਂ ਪਾਸੇ ਦੇ ਵਿੱਚ, ਪੂਰਾ ਹੈਵੀ ਡਿਊਟੀ ਤਿਆਰ ਕੀਤਾ ਗਿਆ। ਅਤੇ ਸ਼ੌਕਰ ਸਿਸਟਮ ਵੀ ਆਪਾਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹਾਂ, ਉੱਪਰ ਨੀਚੇ ਕਰ ਸਕਦੇ ਹਾਂ, ਜੋ ਕੰਪਨੀ ਨੇ ਇੱਕ ਫਿਊਚਰ ਦਿੱਤੇ ਗਏ ਨੇ। ਅਤੇ ਦੋਸਤੋ, ਗੱਲ ਕਰਦੇ ਹਾਂ ਸਾਈਡ 'ਤੇ ਲੱਗੇ ਵੀਲ ਦੀ। ਜਿਹੜਾ ਵੀਲ ਵੀ ਤਿਆਰ ਕੀਤਾ ਗਿਆ ਦੋਸਤੋ, ਇੱਕ ਸਿੰਗਲ ਸੀਟ ਦਾ ਵੀਲ ਹੈ ਜੋ ਕੰਪਨੀ ਵੱਲੋਂ ਤਿਆਰ ਕੀਤਾ ਗਿਆ। ਅਤੇ ਵੀਲ ਨੂੰ ਵੀ ਦੋਸਤੋ ਆਪਾਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹਾਂ, ਲੌਕ ਸਿਸਟਮ ਲਾਇਆ ਗਿਆ ਜੀ, ਠੀਕ ਹੈ, ਇਹਨੂੰ ਖੋਲ੍ਹ ਕੇ ਬੰਦਾ ਆਰਾਮ ਨਾਲ ਉੱਪਰ ਨੀਚੇ ਕਰ ਸਕਦਾ ਹੈ। ਅਤੇ ਦੋਸਤੋ, ਆਪਾਂ ਅੱਜ ਪਹੁੰਚੇ ਹੋਏ ਹਾਂ ਕੁਲਵਿੰਦਰ ਬਾਠ ਜੀ ਕੋਲ, ਜਗਜੀਤ ਐਗਰੋਟੈਕ ਬਰਨਾਲਾ। ਦੋਸਤੋ, ਜੇ ਤੁਸੀਂ ਇਹਨਾਂ ਕੋਲੋਂ ਜਗਜੀਤ ਦਾ ਸੁਪਰਸੀਡਰ ਲੈਣਾ ਚਾਹੁੰਦੇ ਹੋ, ਤਾਂ ਇਹਨਾਂ ਦੇ ਕੰਟੈਕਟ ਨੰਬਰ ਨੇ ਤੁਹਾਨੂੰ ਉਹ ਵੀਡੀਓ ਦੇ ਨੀਚੇ ਮਿਲ ਜਾਣਗੇ, ਤੁਸੀਂ ਇਹਨਾਂ ਸੰਪਰਕ ਕਰਕੇ ਜਗਜੀਤ ਦਾ ਸੁਪਰਸੀਡਰ ਜਿਹੜਾ ਉਹ ਲੈ ਸਕਦੇ ਹੋ। ਅਤੇ ਕਿਸਾਨ ਵੀਰੋ, ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ। ਅਤੇ ਨਵੀਂ ਆ ਰਹੀ ਮਸ਼ੀਨ ਜਾਣਕਾਰੀ ਲਈ ਵਿਸ਼ਕਰਮਾ ਦਲੱਬਾ ਯੂਟਿਊਬ ਚੈਨਲ ਨੂੰ ਯੂ ਸਬਸਕ੍ਰਾਈਬ ਕਰਨਾ ਜੀ। ਧੰਨਵਾਦ ਜੀ।